ਦੋਸਤੋ ਟੈਕਨੀਕਲ ਜੋ ਪੁਆਇੰਟ ਚੈਨਲ 'ਚ ਤੁਹਾਡਾ ਸਵਾਗਤ ਹੈ। ਪਟਵਾਰੀ ਦੀਆਂ ਅਸਾਮੀਆਂ ਲਈ ਇਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਹੈ। 71 ਅਧੀਨ ਸੇਵਾਵਾਂ ਬੋਰਡ ਪੰਜਾਬ ਵਣ ਕੰਪਲੈਕਸ ਸੈਕਟਰ 68 SAS ਨਗਰ ਮੋਹਾਲੀ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਵਿਸ਼ਾ ਇਹਨਾਂ ਨੇ ਦੱਸਿਆ ਹੈ ਮਾਲ ਵਿਭਾਗ ਵਿੱਚ ਮਾਲ ਪਟਵਾਰੀ ਦੀਆਂ 1090 ਅਸਾਮੀਆਂ ਦੀ ਭਰਤੀ ਕਰਨ ਬਾਰੇ। ਇਹਨਾਂ ਪੋਸਟਾਂ ਦੇ ਲਈ ਸੈਲਰੀ 10,300 ਤੋਂ ਲੈ ਕੇ 34,800 ਤੱਕ ਰਹੇਗੀ। 3200 ਰੁਪਇਆ ਤੁਹਾਨੂੰ ਗ੍ਰੇਡ ਪੇ ਦਿੱਤਾ ਜਾਏਗਾ। ਪੋਸਟਾਂ ਦੀ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ। ਕੈਟਾਗਰੀ ਵਾਈਜ਼ ਅਤੇ ਅਸਾਮੀਆਂ ਦੀ ਗਿਣਤੀ, ਜਰਨਲ ਦੀਆਂ 406 ਪੋਸਟਾਂ ਨੇ, ਜਰਨਲ EWS ਦੀਆਂ 117, SC ਮਜ਼ਬੀ ਅਤੇ ਬਾਲਮੀਕੀ ਸਿੱਖ ਦੀਆਂ 117, SC ਰਾਮਗੜੀਆ ਐਂਡ ਅਦਰ ਦੀਆਂ 91 ਪੋਸਟਾਂ ਨੇ, BC ਦੀਆਂ 114, ਜਰਨਲ ਐਕਸ ਸਰਵਿਸਮੈਨ ਦੀਆਂ 93, SC ਮਜ਼ਬੀ ਬਾਲਮੀਕੀ ਸਿੱਖ ਦੀਆਂ 27 ਪੋਸਟਾਂ ਨੇ ਐਕਸ ਸਰਵਿਸਮੈਨ ਦੇ ਵਿੱਚ, SC ਰਾਮਗੜੀਆ ਐਕਸ ਸਰਵਿਸਮੈਨ ਦੀਆਂ 26 ਨੇ, BC ਐਕਸ ਸਰਵਿਸਮੈਨ ਦੀਆਂ 21 ਪੋਸਟਾਂ ਨੇ, OH ਦੀਆਂ 29 ਪੋਸਟਾਂ ਨੇ, ਸਪੋਰਟਸਮੈਨ ਦੇ ਵਿੱਚ ਜਰਨਲ ਦੀਆਂ 20, SC ਦੀਆਂ 10, SC ਰਾਮਗੜੀਆ ਅਦਰ ਦੀਆਂ 6, BC ਦੀ ਕੋਈ ਪੋਸਟ ਨਹੀਂ ਹੈ, ਫਰੀਡਮ ਫਾਈਟਰ ਦੀਆਂ 13 ਪੋਸਟਾਂ ਨੇ। ਇਸ ਤਰ੍ਹਾਂ 1090 ਪੋਸਟਾਂ ਤੁਸੀਂ ਅਪਲਾਈ ਕਰ ਸਕੋਗੇ। ਦੋਸਤੋ ਇਹ ਨੋਟਿਸ 4 ਮਾਰਚ 2020 ਨੂੰ ਅਨਾਊਂਸ ਕੀਤਾ ਗਿਆ ਹੈ। ਦੋਸਤੋ 4-5 ਦਿਨ ਦੇ ਅੰਦਰ ਇਹਨਾਂ ਦਾ ਨੋਟਿਸ ਅਨਾਊਂਸ ਕਰ ਦਿੱਤਾ ਜਾਏਗਾ। ਜਿਵੇਂ ਨੋਟਿਸ ਆਏਗਾ ਮੈਂ ਤੁਹਾਨੂੰ ਇਹਨਾਂ ਦੀ ਇਨਫੋਰਮੇਸ਼ਨ ਦਿਆਂਗਾ। ਐਜੂਕੇਸ਼ਨ ਕੁਆਲੀਫਿਕੇਸ਼ਨ ਟਰਮ ਐਂਡ ਕੰਡੀਸ਼ਨਸ ਕੀ ਰਹਿਣਗੀਆਂ ਤੁਹਾਨੂੰ ਦੱਸਾਂਗਾ। ਦੋਸਤੋ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ।